ਬੱਸ ਵਾਲੇ ਨੇ, ਬੱਸ ਵਾਲੇ ਇਸ ਵੇਲੇ ਦੀ ਅਹਿਮ ਖਬਰ। ਪੰਜਾਬ ਦੇ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਟਰੈਕਟਰ ਟਰਾਲੀ ਦੀ ਇੱਕ PRTC ਬੱਸ ਦੇ ਨਾਲ ਟੱਕਰ ਹੋਈ ਹੈ, ਜਿਸ ਤੋਂ ਬਾਅਦ ਬੱਸ ਓਵਰ ਬ੍ਰਿਜ ਤੋਂ ਹੇਠਾਂ ਡਿੱਗ ਗਿਆ। ਤਾਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਕਿਵੇਂ ਟਰੈਕਟਰ ਟਰਾਲੀ ਦੇ ਟੁਕੜੇ ਹੋਏ ਪਏ ਨੇ, ਬੱਸ ਵੀ ਪੂਰੀ ਤਰੀਕੇ ਦੇ ਨਾਲ ਪਲਟੀ ਹੋਈ ਹੈ। ਤਾਂ ਬੋਹਰ ਤੋਂ ਮਲੋਟ ਰੋਡ ਗੋਬਿੰਦਗੜ੍ਹ ਦੇ ਕੋਲ ਇਹ ਪੂਰਾ ਹਾਦਸਾ ਵਾਪਰਿਆ ਹੈ, ਜਿੱਥੇ PRTC ਦੀ ਬੱਸ ਦੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੁੰਦੀ ਹੈ ਅਤੇ ਬੱਸ ਓਵਰ ਬ੍ਰਿਜ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਜਾਂਦੀ ਹੈ। ਤਾਂ ਇਸ ਹਾਦਸੇ ਦੇ ਵਿੱਚ ਲੋਕਾਂ ਨੂੰ ਸੱਟਾਂ ਲੱਗੀਆਂ ਨੇ, ਸਵਾਰੀਆਂ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿੰਨਾ ਭਿਆਨਕ ਇਹ ਹਾਦਸਾ ਸੀ। ਟਰੈਕਟਰ ਟਰਾਲੀ ਦੇ ਪਰ ਖੱਚੇ ਉੱਡੇ ਹੋਏ ਨੇ। ਇਸ ਹਾਦਸੇ ਦੇ ਵਿੱਚ ਸਵਾਰੀਆਂ ਵੀ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ। ਤਾਂ ਸਵੇਰੇ ਸਵੇਰੇ ਇਹ ਹਾਦਸਾ ਵਾਪਰਦਾ, ਮੌਕੇ 'ਤੇ ਪੁਲਿਸ ਪਹੁੰਚੀ ਹੋਈ ਹੈ, ਜਿਨ੍ਹਾਂ ਦੇ ਵੱਲੋਂ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਦੇਖਿਆ ਜਾ ਸਕਦਾ ਕਿਵੇਂ ਟਰੈਕਟਰ ਟਰਾਲੀ ਦੇ ਟੁਕੜੇ ਹੋਏ ਪਏ ਨੇ, PRTC ਬੱਸ ਓਵਰ ਬ੍ਰਿਜ ਤੋਂ ਹੇਠਾਂ ਡਿੱਗੀ ਹੋਈ ਹੈ, ਪਲਟੀ ਹੋਈ ਹੈ। ਤਾਂ ਇਸ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਰੀਬ 16 ਸਵਾਰੀਆਂ ਸਨ ਜੋ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ। ਹੋਇਆ ਸੀ ਟਰੈਕਟਰ ਜਿਹੜਾ ਸੀ ਮਲੋਟ ਦਾ, ਇਹ ਮਲੋਟ ਨੂੰ ਜਾ ਰਿਹਾ ਸੀ ਬੱਸ ਪੰਜਾਬ ਰੋਡ ਡੀਪੂ, ਚੰਡੀਗੜ੍ਹ ਡੀਪੂ ਦੀ ਹੈ, ਇਹ ਵੀ ਅਬੋਹਰ ਤੋਂ ਜਾ ਰਹੀ ਸੀ। ਅਤੇ ਉਹ ਡਰਾਈਵਰ ਸਾਹਿਬ ਨੇ ਦੱਸਿਆ ਸੀ ਟਰਾਲੀ ਵਾਲੇ ਨੇ ਜੋ ਜ਼ਖਮੀ ਹੈ, ਵੀ ਮੈਂ ਕੋਈ ਚੀਜ਼ ਦੇਖਣ ਲੱਗ ਗਿਆ, ਉਹ ਇਸ ਤਰ੍ਹਾਂ ਕਰਕੇ ਟਰੈਕਟਰ ਡੋਲ ਗਿਆ ਅਤੇ ਬੱਸ ਖਰਾਬ। ਇਹਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਖਾਲੀ ਸੀਗੀ ਜੀ, ਬੱਸ ਕੋਈ ਹੋਣੀਆਂ ਕੋਈ ਸਵਾਰੀਆਂ, 15-20 ਸਵਾਰੀਆਂ ਸੀ। ਠੀਕ ਨੇ ਸਾਰੀਆਂ ਜੀ? ਹਾਂ, ਸਵਾਰੀਆਂ ਸਵਸਥ ਆ, ਸਿਰਫ ਟਰੈਕਟਰ ਚਾਲਕ ਆ ਉਹਦੇ ਇੱਕ ਨਾਲ ਦੇ ਹੋਰ, ਉਹਨਾਂ ਦੇ ਕੋਈ ਕੁਝ ਚੋਟ ਹੈ, ਬਹੁਤ ਜ਼ਿਆਦਾ ਨਹੀਂ। ਅਤੇ ਇੱਕ ਹੋਰ ਸਵਾਰੀ ਸੀ, ਉਹਦੇ ਗੋਡੇ 'ਤੇ ਮਾੜੀ ਮੋਟੀ ਰਗੜ ਰੁਗੜ ਆ, ਉਹਨਾਂ ਦੇ ਅਸੀਂ ਤੋਤ ਆ ਕੇ। ਸਰ, ਹਾਦਸੇ ਦਾ ਕਾਰਨ ਕੀ ਹੈ? ਹਾਦਸੇ ਦਾ ਕਾਰਨ ਇਹ ਗੱਲ, ਮੌਕੇ 'ਤੇ ਸੀ ਨਹੀਂ, ਪਰ ਟਰੈਕਟਰ ਟਰਾਲੀ ਅੱਗੇ ਸੀ, ਉਹ ਤੋਂ ਡੁੱਲ ਗਿਆ ਟਰੈਕਟਰ ਟਰਾਲੀ ਵਾਲੇ ਤੋਂ। ਹਾਂ, ਮੇਰੀ ਗੱਲ ਬੱਸ ਵਾਲੇ ਨਾਲ ਹੋਈ ਸੀ, ਉਹਨੂੰ ਕਿਹਾ ਵੀ ਲਾਈਟਾਂ ਨਹੀਂ ਜਗੀਆਂ ਸੀ, ਮੈਨੂੰ ਵਿਖੀ ਨਹੀਂ ਟਰਾਲੀ। ਚਲੋ, ਵਿਸ਼ਾ ਹੈ, ਅਸੀਂ ਕੋਈ ਮੌਕੇ 'ਤੇ ਖੜ੍ਹੇ ਹਾਂ ਜੀ, ਜੀ ਜਾਂ ਮੌਕੇ 'ਤੇ ਅਸੀਂ ਨਹੀਂ ਸੀ ਜੀ, ਜੀ ਉਹ ਰਿਹਾ ਡਰਾਈਵਰ, ਉਹ ਕਹਿੰਦੇ ਤਾਂ ਉਹਨਾਂ ਨੂੰ ਪੁੱਛ। ਹਾਂਜੀ ਹਾਂਜੀ। ਗੁਰਦੀਪ ਜੀ, ਕਿਵੇਂ ਹੋਇਆ ਹਾਦਸਾ ਹੈ? ਕਰਕੇ ਆਪਣੀ ਗੱਡੀ ਸਵਾ 5-13 ਦੇ ਵਿੱਚ ਚੱਲ ਕੇ ਆ ਰਹੀ ਸੀ ਹੋਰ ਤੋਂ ਚੰਡੀਗੜ੍ਹ, ਟਰਾਲੀ ਜਾ ਰਹੀ ਸੀ ਅੱਗੇ, ਉਹਦੇ ਮਗਰ ਕੋਈ ਲੈਟ ਨਹੀਂ, ਕੋਈ ਬੱਤੀ ਨਹੀਂ ਹੁੰਦੀ ਸੀ। ਠੀਕ ਹੈ। ਬਾਕੀ ਆ ਖੰਭੇ ਦੀਆਂ ਲਾਈਟਾਂ ਵਿੱਚ ਜਗਦੀਆਂ ਰਹਿੰਦੀਆਂ ਵੀ, ਅੱਜ ਰਾਤ ਬੰਦ ਕਰਕੇ ਬੰਦ ਸੀਗੀਆਂ। ਅੱਛਾ, ਬੰਦ ਸੀ, ਜਗ ਨਹੀਂ ਰਹੀ ਸੀ, ਹਨੇਰਾ ਸੀ ਜਾਣੀ। ਅੱਛਾ ਜੀ। ਉਸ ਦੀ ਵਜ੍ਹਾ ਕਾਰਨ ਟਰੈਕਟਰ ਦਿਸਿਆ ਨਹੀਂ, ਸਿੱਧੀ ਮਗਰ ਟੱਕਰ ਲੱਗੀ। ਕਿੰਨੇ ਕੁ ਬੰਦੇ ਸਵਾਰ ਸੀਗੇ ਆਪਣੀ ਸਵਾਰੀ? 15-16 ਸਵਾਰੀਆਂ ਸੀਗੀਆਂ ਜੀ। ਅਤੇ ਸਵਾਰੀਆਂ ਠੀਕ ਨੇ ਸਾਰੀਆਂ? ਸਾਰੀਆਂ ਸੇਫ ਨੇ, ਕਿਸੇ ਦੇ ਨਹੀਂ ਕੁਛ? ਠੀਕ ਹੈ, ਸਾਰੇ ਝਰੀਟ ਤੱਕ ਨਹੀਂ ਆਈ ਜੀ, ਝਰੀਟ ਤੱਕ ਨਹੀਂ ਆਈ, ਸਾਰਿਆਂ ਨੂੰ ਘਰੋਂ ਭੇਜ ਦਿੱਤਾ ਜੀ, ਦੂਜੀ ਗੱਡੀ 'ਤੇ। ਅੱਛਾ, ਦੂਜੀ ਗੱਡੀ ਮੰਗਾ ਕੇ ਭੇਜ ਦਿੱਤਾ ਗਿਆ। ਤੁਸੀਂ ਕਿੱਥੋਂ ਗੱਡੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ? ਅਸੀਂ ਅਬੋਹਰ ਤੋਂ। ਅਬੋਹਰ ਤੋਂ ਲਈ ਸੀਗੇ? ਰਹਿਣ ਵਾਲੇ ਕਿੱਥੋਂ ਗਏ? ਰਹਿਣ ਵਾਲੇ ਬਠਿੰਡੇ ਤੋਂ। ਬਠਿੰਡੇ ਦੇ। ਕੀ ਨਾਂ ਦੱਸਿਆ ਸੀ ਤੁਸੀਂ ਆਪਦਾ? ਗੁਰਦੀਪ ਸਿੰਘ। ਸਾਡੇ ਕੋਲ ਫਿਲਹਾਲ ਤਾਂ 2 ਆਏ ਪੇਸ਼ੈਂਟ, ਇੱਕ ਦੀ ਹਾਲਤ ਵੀ ਸੀਰੀਅਸ ਹੈ ਅਤੇ ਇੱਕ ਤਾਂ ਸਹੀ ਹੈ। ਕਿਵੇਂ ਹਾਦਸਾ ਕੁਛ ਪਤਾ ਲੱਗਦਾ, ਕਿਵੇਂ ਹੋਇਆ ਜੀ? ਕੋਈ ਇਹ ਕੋਈ ਕਹਿ ਰਹੇ ਹੈ ਕਿ ਜੋ ਬੱਸ ਕੀ ਟਰੈਕਟਰ ਖੜਾ ਸੀ ਨੀਚੇ ਅਤੇ ਬੱਸ ਉੱਤੇ ਪਲਟ ਕੇ ਆਈ, ਪੁੱਲ ਤੋਂ ਥੱਲੇ ਗਿਰੀ ਹੈ। ਅੱਛਾ ਜੀ। ਅਤੇ ਬੱਸ ਦੇ ਸਾਡੇ ਕੋਲ ਕੋਈ ਆਇਆ ਨਹੀਂ, ਕੇਸ ਇਹ ਹੀ ਆਇਆ, ਟਰੈਕਟਰ ਵਾਲੇ ਟਰੈਕਟਰ 'ਚ ਬੈਠੇ ਸੀਗੇ ਅਤੇ ਇਹਨਾਂ ਜੋਟਾਂ ਲੱਗੀ ਹੈ। ਅਤੇ ਕਿੰਨੇ ਕੀ ਹਾਲਤ ਗੰਭੀਰ ਹੈ ਇੱਕ ਲੜਕੇ ਦੀ? ਹਾਲਤ ਸੀਰੀਅਸ, ਬਾਕੀ ਉਹਦੇ ਦੇਖਦੇ ਟੈਸਟ ਟੁਸਟ ਕਰਾਉਂਦੇ, ਸਹੀ ਹੋਈ ਤਾਂ ਇੱਥੇ ਰੱਖ ਲਵਾਂਗੇ।
ਫਰੀਦ ਮੁਰਗੀ ਨੇ।